ਆ ਅੱਜ ਆਪਣੇ ਵੀਰ ਜਿਹੜੇ ਰੁੱਖ ਲਗਾਏ ਸੀ ਗੁਰਦੁਆਰੇ ਨੂੰ ਸਾਹਮਣੇ ਜਾਂ ਸਾਰੇ ਬੰਨ੍ਹ ਦੇ ਉੱਤੇ, ਉਹਨਾਂ ਨੂੰ ਅੱਜ ਪਾਣੀ ਪਾਉਣ ਡਿਆ ਨਾਲ ਨਾਲ। ਇੱਕ ਅੱਜ ਗਰਮੀ ਹੈ, ਚਲੋ ਪਾਣੀ ਦੀ ਵੀ ਜ਼ਰੂਰਤ ਆ ਰੁੱਖਾਂ ਨੂੰ। ਅਤੇ ਆਪਣਾ ਗੁਰਦੁਆਰਾ ਸਾਹਿਬ ਆ ਗਿਆ ਪਿੰਡ ਦਾ, ਜਾਣਾ ਨੀ ਦਿੰਦੇ ਆ ਪਿੰਡ ਦਾ ਅੱਡਾ। ਆਪਣਾ ਪਿੰਡ ਆ ਆਲੀ ਕਲਾਂ, ਕਿੱਡਾ ਤਕੜਾ ਦਰਬਾਰ ਸਾਹਿਬ ਬਣਾਇਆ ਸਾਰੇ ਪਿੰਡ ਦੇ ਸਹਿਯੋਗ ਨਾਲ। ਆਪਣੇ ਪਿੰਡ ਦੇ ਵਿੱਚ ਹੀ ਵੇਰਕਾ ਵਾਲਿਆਂ ਦਾ ਪਲਾਂਟ ਆ ਜਿੱਥੇ ਦੁੱਧ ਦਾ ਦਰਾਤੇ ਆ। ਹਾਂ, ਆਪਣੇ ਪਿੰਡ ਦੀ ਸਭ ਤੋਂ ਪੁਰਾਣੀ ਹੱਟੀ ਧੰਨੇ ਸ਼ਾਹ ਜੀ, ਆਪਣਾ ਸ਼ਾਹ ਵੀ ਅੱਜ ਨਿਬੜਿਆ ਜਾਵਦਾ ਕੰਮ ਮਸ਼ੀਨਾਂ ਦਾ। ਬਰਾੜ ਦੇ ਜੱਸੀ ਅੱਜ ਪੁਰਾਣਾ ਫੋਰਮੈਨ ਆਇਆ ਵਾ ਸਰਪੰਚ ਸਾਹਿਬ, ਜਿੰਮੀ ਇੱਧਰ ਇਹ ਗਲਾਸ ਕਿੰਨੇ ਪਏ ਆ। ਉਧਰ ਗਲਾਸ ਲੱਭਦੇ ਫਿਰਦੇ ਆ, ਇੱਥੇ ਵੇਖ ਕਿੰਨੇ ਗਲਾਸ ਆ। ਰੋਟੀ ਪੈਣੀ ਹੈ ਵੇਖੀ ਲੜਦੇ। ਚਲੋ ਲੱਸੀ ਖਾਲਾ ਮਗਰ ਲੱਗਾ। ਪਾਣੀ ਲਿਆ ਤੂੰ ਡੋਲ ਚ, ਛੱਡਦੇ ਕਿਤੇ ਨੀ ਜਾਂਦੇ ਨੇ। ਅੱਜ ਕੋਠੇ ਉੱਤੇ ਚੜ ਕੇ ਵੇਖਿਆ ਅੱਗੇ ਪ੍ਰਵਾਸੀ ਜਿਹੜੇ ਮਜ਼ਦੂਰ ਆਉਂਦੇ ਸੀ ਉਹ ਬਹੁਤ ਸਫਾਈ ਰੱਖਦੇ। ਇੱਧਰ ਇਹੋ ਕੀ ਹਾਲਤ ਕੀਤੀ ਬਈ, ਡੰਡ ਲਾਈ ਬਈ ਸਾਰੇ ਬੋਰੀਆਂ
ਬੂਰੀਆਂ ਦੇ ਕੋਈ ਸਫਾਈ ਨਹੀਂ ਰੱਖਦੇ ਹੁਣ ਇਹ ਲੋਕ। ਪਹਿਲਾਂ ਨਾਖਣਾ ਆਣ ਕੇ ਮੋਟਰ ਚੰਡ ਕੇ ਰੱਖਣੀ, ਹੁਣ ਵੇਖੋ ਕੀ ਹਾਲਤ ਕੀਤੀ, ਰੂੜੀਆਂ ਲਾ ਦੀਆਂ ਥਾਂ ਥਾਂ, ਹੁਣ ਸਾਨੂੰ ਹਿਸਾਬ ਨਾਲ 2 ਘੰਟੇ ਲਾਉਣੇ ਪੈਣੇ। ਮਸ਼ੀਨਾਂ ਦਾ ਕੰਮ ਥੋੜ੍ਹਾ ਹੀ ਆ, 1.5-2 ਕਿੱਲੇ ਥਾਂ ਵੱਢ ਕੇ ਅਤੇ ਫੇਰ ਲਾਵਾਂਗੇ ਮੋਰਚਾ। ਝੋਨਾ ਆਪਾਂ ਰੇਤ 'ਚ ਲਾਇਆ ਹੈ, ਵਧੀਆ ਗਰੋਥ ਕਰੀ ਜਾਂਦਾ ਝੋਨਾ। ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਬਾਬਾ ਬਿਜੀ ਚੰਦ ਦੇ ਨਾਂ ਤੇ, ਆਹ ਵਾ ਆਪਣਾ 131 ਝੋਨਾ। 131 ਝੋਨੇ ਦੀ ਆਡੀ ਪਛਾਣ ਵਾ ਇਹ, ਜਦੋਂ ਬੂਟੇ ਦਾ ਨਾ ਥੱਲਿਓ ਮੁੱਢ ਜਿਹੜਾ ਵਾ ਇਕੱਠਾ ਵਾ, ਉੱਤੋਂ ਜਿਹੜਾ ਵਾ ਇਹ ਫੁੱਲ ਵਾਂਗੂ ਖਿਲਰਦਾ ਵਾ, ਬਹੁਤ ਸੋਹਣੀ ਗਰੋਥ ਕਰਦਾ। ਪਿਛਲੀ ਵਾਰ ਬਹੁਤ ਚਰਚਾ ਦੇ ਵਿੱਚ ਆਇਆ ਵੀ ਇਹਦਾ ਝਾੜ ਬਹੁਤ ਜ਼ਿਆਦਾ ਆਏ ਆ ਜਿਉਂ, ਅਤੇ ਵਧੂਗਾ ਝਾੜ, ਕਾਫੀ ਗਰੋਥ ਕਰਦਾ ਜੇ ਇਹਨੂੰ ਇੱਕ ਖਾਦ ਪਈ ਆ। ਵੇਖੋ ਕਿੱਡੀ ਸੋਹਣੀ ਗਰੋਥ ਹੈ ਇਹਦੀ। ਇਹ ਆਪਣੀ ਪਿੰਡ ਵਾਲੀ ਮੋਟਰ ਆ, ਗੇੜਾ ਮਾਰਨ ਆਏ ਸੀ। ਪੱਠੇ ਆਪਣੇ ਬਹੁਤ ਵਧੀਆ ਚਰੀ ਪੱਠੇ, ਗਾਚਾ ਜੋ ਵੀ ਸਾਰਾ ਕੁਝ ਵਿੱਚ ਮਿਕਸ। ਤਾਂ ਆਪਣਾ ਵੀਰ ਵੱਡਾ ਬਲਰਾਜ ਸਿੰਘ ਜਾਣ ਡਿਆ ਵਾ, ਗਰਮੀ ਬੜੀ ਆ ਇੱਥੇ ਅਤੇ ਕੁੱਤੇ ਬੜਾ ਮੰਦਾ ਵਾਲੀ ਆ। ਅੱਜ ਮੈਂ ਲੈ ਚੱਲਿਆ ਉੱਥੇ, ਮੈਂ ਦਰਿਆਓਂ ਪਾਰ ਇਹਨਾਂ ਨੂੰ 4 ਦਿਨ ਸਾਂਭਦੇ ਆ, ਉੱਥੇ ਠੰਡਾ ਮੌਸਮ ਆ, ਨਾਲੇ ਤੁਰੇ ਫਿਰੇ ਆ ਕਰਨ, ਨਹਾਈ ਧੋਈ ਆ ਕਰਨ। ਮੈਂ ਖਲੋਤੀ ਕਰਮ ਵਾਲਾ ਜਹਾਜ਼ ਆ, ਉੱਡਦੇ ਗਏ ਤੇ ਸੁੱਤਿਆਂ ਨੂੰ ਹੁਣ ਕੰਢੇ ਦੇ ਦਰਿਆ ਦੇ ਨਵਾਇਆ, ਰੀਝਣਾ ਵੈ ਕਰਕੇ ਪਏ ਗਰਮੀ। ਉਹਦੇ ਜ਼ਖਮ 'ਤੇ ਨਾ ਪਾਣੀ ਪਾ, ਕਿੰਨੀ ਗਰਮੀ ਮਨਾਉਂਦੇ ਹੋਏ। ਬਣਾ ਤਾਂ ਅੱਜ ਇਹਨਾਂ ਦਾ ਨਵਾਂ ਘਰ, ਅਤੇ ਕਿੱਲੇ ਗੱਡ ਕੇ ਘੜਾ ਨੱਪਦਾ ਥੱਲੇ ਠੰਡਾ ਪਾਣੀ ਪੀਣ ਨੂੰ। ਆਹ ਕੁੱਤੀ ਪਾਸੇ ਕਰਕੇ ਥੱਲੇ ਮਾਰਦੇ ਹਰੇ, ਨਹਿਰ ਮਾਨ ਨਾ ਇੱਥੇ ਸੁੱਖ ਲੈਣਗੇ। ਜਿਵੇਂ ਇੱਧਰੋਂ ਆਹ ਮਾਰਦੇ ਥੱਲੇ,
ਰਾਤ ਨੂੰ ਖੁੱਲ੍ਹੇ ਛੱਡਦਾ ਕਰਨੇ, ਇਹਨਾਂ ਨੂੰ ਮੱਛਰ ਲੜਿਆ ਕਰਨਾ, ਜਾਂ ਪੱਖਾ ਲਾ ਦਾਂਗੇ ਇੱਕ। ਲੈ ਵੀ ਲਓ ਸੋਗ ਸਾਡੇ ਹੁੰਦੇ ਹੁਣ, ਲਓ ਨਜ਼ਾਰੇ ਲਾ ਦਾ ਕੂਲਰ ਕਾਲਰ ਮੁੰਡਿਆਂ ਨੂੰ, ਮੁੰਡਿਆਂ ਨੂੰ ਸੁੱਖ ਨਾ ਬਣ। ਮੜਾ ਜਿਹਾ ਐਨੂੰ ਖਿੱਚਦੇ, ਓਏ ਐਨੂੰ ਖਿੱਚਦੇ ਮੜਾ ਜਿਹਾ, ਸਿੱਧਾ ਕਰਦੇ ਚੱਲ। ਬਸ ਪਾਣੀ ਵੀ ਕੋਲ ਪਿਆ, ਕੂਲਰ ਲੱਗਾ, ਹੈਂ ਛਾਵੇਂ ਵੱਧੇ ਆ ਪਿੰਡ 'ਤੇ ਮਰ ਚੱਲੇ ਯਾਰ। ਮਗਰਲੇ ਬੰਨੇ ਸੁਨੀਲ ਬੋਰੀ ਪਾ ਦੇ ਪੁੱਤ ਗਿੱਲੀ ਕਰਕੇ, ਉਹ ਪਈ ਬੋਰੀ। ਅੱਜ ਬਾਹਰ ਟੈਂਪਰੇਚਰ ਬਹੁਤ ਆ, ਹੁੰਸ ਜੀ ਬਣੀ ਪਈ, ਗਰਮੀ ਹੈਗੀ। ਹੁਣ ਇੱਕ ਵੱਜ ਗਿਆ, ਹੁਣ ਸਾਰੇ ਜਣੇ ਸਾਹ ਲੈਣ ਡੇ, ਅੰਦਰ ਬੈਠੇ ਨੰਦ ਨਾਲ, ਏ ਸੀ ਚੱਲਣ ਡਿਆ ਵਾ। ਦੇਖੋ ਕਿਰਪਾ ਮਾਲਕ ਦੀ, ਕੁੱਤਿਆਂ ਵਾਲੀ ਬਣਾ ਤਾ ਵਧੀਆ ਜਗਾੜ, ਥੱਲੇ ਘੜਾ ਨਾ ਪਤਾ ਠੰਡਾ। ਹੁਣ ਲੱਸੀ ਪਈ ਬਰਫ਼ ਪਾ ਕੇ ਵਿੱਚ, ਠੰਡੀ ਲੱਸੀ ਪਾਈ ਆ, ਕੂਲਰ ਵਾਲਾ ਪੱਖਾ ਲੱਗਾ ਵਾ। ਹੁਣ ਲੈਣ ਡਿਆ ਨਜ਼ਾਰੇ, ਹੁਣ ਅਸੀਂ ਗੇੜਾ ਮਾਰਨ ਡਏ ਹਾਂ। ਤੁਸੀਂ ਵੀ ਚੈੱਕ ਕਰੋ, ਜੇ ਕੋਈ ਕਮੀ ਪੇਸ਼ੀ ਹੈਗੀ ਆ ਤਾਂ ਦੱਸੋ, ਹੁਣ ਇਹਨੂੰ ਤੇਰੀ ਖਾਦ ਪਾਵਾਂਗੇ। 110 ਝੋਨਾ, ਹੋਰ ਰਹਿ ਗਿਆ ਆਪਣਾ ਸਵਰਗਾਂ ਦੀ ਪੁਰੀ ਦਾ ਡੇਰਾ। ਵੇਖੋ ਕਿਆ ਸ਼ਾਨਦਾਰ ਰੁੱਖ, ਨਿੰਮਾਂ ਜਾਮਨੂੰ ਸਾਰੇ ਵੇਖੋ ਜੀ। ਕਰੋ ਦਰਸ਼ਨ, ਬੇੜੀ 'ਚ ਬਹਿ ਚੱਲੇ ਹਾਂ। ਤੁਸੀਂ ਵੀ ਆਖਣਾ ਰੋਜ਼ ਦਿਹਾੜੀ ਬੇੜੀ 'ਚ ਬਹਿ ਜਾਂਦਾ, ਕਦੀ ਚੱਲ ਜਾਂਦਾ ਬਾਹਰ, ਆਪਣੀ ਯਾਰ ਡਿਊਟੀ ਇੱਥੇ ਆ। ਅਤੇ ਹੁਣ ਪਿੰਡ ਦੀ ਤਿਆਰੀ ਕਰਦੇ ਹਾਂ, ਅਤੇ ਅੱਜ ਦਾ ਬਲੌਗ ਹੋ ਸਕਦਾ ਵਧੀਆ ਰਵਿਆ ਹੋਵੇ, ਤੁਹਾਨੂੰ ਪਸੰਦ ਆਵੇ। ਜੇ ਕੋਈ ਕਮੀ ਪੇਸ਼ੀ ਤਾਂ ਵੀ ਦੱਸ ਦਿਆ ਕਰੋ, ਲਾਈਕ ਵੀ ਕਰਿਆ ਕਰੋ, ਸ਼ੇਅਰ ਵੀ ਕਰਿਆ ਕਰੋ। ਯੂਟਿਊਬ 'ਤੇ ਆਪਣਾ ਚੈਨਲ ਸੰਧੂ ਫਾਰਮਾਲੀ, ਉਹਨੂੰ ਸਬਸਕ੍ਰਾਈਬ ਵੀ ਕਰੋ ਵੀਰ ਜੀ। ਵੱਧ ਤੋਂ ਵੱਧ ਜਿੰਨਾ ਕਰੋਗੇ ਮੋਨੋਟਾਈਜ਼ ਹੋ ਜੂਗਾ, ਚਲੋ ਵਧੀਆ ਵਧੀਆ ਵੀਡੀਓ, ਹੋਰ ਉਤਸ਼ਾਹ ਜਿਹਾ ਵੱਧ ਜਾਂਦਾ। ਇਸ ਕਰਕੇ ਆਪਾਂ ਜ਼ਿਮੀਂਦਾਰ ਵਾਲਾ ਗਰੁੱਪ, ਆਪਾਂ ਇਹਦੇ ਵਿੱਚ ਉਹੋ ਹੀ ਚੀਜ਼ਾਂ ਪਾਉਂਦੇ ਜੋ ਆਪਾਂ ਸਾਰੀ ਦਿਹਾੜੀ ਕਰਦੇ ਹਾਂ। ਮੈਂ ਅੱਜ ਇੱਕ ਗੱਲ ਵੇਖਣ ਡਿਆ, ਇੱਕ ਵੀਰ ਨੇ ਬੜੀ ਵਧੀਆ ਗੱਲ ਕੀਤੀ, ਕਹਿੰਦਾ ਯਾਰ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਵੀ ਜੋ ਕੁਛ ਵੀ ਆਖ ਦਿੰਦਾ ਨਾ, ਉਹੀ ਲੋਕ ਕਰ ਦਿੰਦੇ ਆ। ਸਹੀ ਗੱਲ ਆ ਵੀਰ, ਉਹ ਗੱਲਾਂ ਹੀ ਕਰਿਆ ਕਰੋ ਜਿਹੜੀਆਂ ਆਪਣੇ ਜ਼ਿਮੀਂਦਾਰਾਂ ਦੇ ਕੰਮ ਆ ਜਾਣ, ਝੂਠ ਧਪਾਣ ਜਿਹੜੇ ਉਹ ਨਾ ਮਾਰਿਆ ਕਰੋ। ਕਿਉਂਕਿ ਹਰ ਇੱਕ ਬੰਦਾ ਯਾਰ ਵੀ ਵਧੀਆ ਗੱਲਾਂ ਸਿੱਖਣ ਨੂੰ ਇੱਥੇ ਬਹਿੰਦਾ ਵਾ। ਚਲੋ ਜੋ ਆਪਾਂ ਜ਼ਿਮੀਂਦਾਰੇ 'ਚ ਆਪਾਂ ਕਰਦੇ ਹਾਂ, ਮੈਂ ਤਾਂ ਉਹੀ ਆਪਦਾ ਜਿਹੜਾ ਵਾ
ਡੇਲੀ ਰੂਟੀਨ ਦੇ ਜੋ ਝੋਨੇ ਨੂੰ ਪਾਇਆ ਜੋ 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 ਤੁਹਾਡੇ ਨਾਲ ਰਿਜ਼ਲਟ ਉਹ ਵੀ ਸ਼ੇਅਰ ਕਰਦਾ ਰਹਿੰਦਾ। ਕਈ ਵੀਰ ਬਹੁਤ ਕੁਛ ਗਲਤ ਮਲਤ ਪਾ ਦਿੰਦੇ ਆ। ਉਹ ਇੱਕ ਵੀਰ ਆਉਂਦਾ ਵੀ ਆਪਾਂ ਨੂੰ ਜੋ ਯੂਨੀਵਰਸਿਟੀ ਵਾਲੇ ਆਉਂਦੇ ਆਪਾਂ ਉਹਦੇ ਮਗਰ ਲੱਗੇ ਹਾਂ। ਆਪਾਂ ਖੁਦ ਦੇ ਦਿਮਾਗ 'ਤੇ ਲੋਡ ਪਾਉਣਾ ਹੀ ਛੱਡਤਾ। ਜੇ ਆਪਾਂ ਆਖੀਏ ਨਾ ਵੀ ਆਪਾਂ ਹਾਂ ਸਹੀ ਗੱਲ ਆ, ਆਪਾਂ ਜੋ ਯੂਨੀਵਰਸਿਟੀ ਆ ਦਿੰਦੀ ਆ ਉਹੋ ਹੀ ਕਰਦੇ ਹਾਂ। ਤੁਸੀਂ ਯਾਰ ਕਿਸਾਨ ਵਾਂ ਆਪਾਂ, ਉਹ ਵੀ ਪੜ੍ਹ ਲਿਖ ਕੇ ਕੰਮ ਕਰਦੇ ਆ, ਆਪਾਂ ਰੋਜ਼ ਦਾ ਕਿੱਤਾ ਕਰਦੇ ਹਾਂ ਆਪਦਾ। ਇਸ ਕਰਕੇ ਮੇਰੇ ਵੀਰ ਆਪਦੇ ਜ਼ਿੰਦਗੀ ਦੇ ਛੋਟੇ ਛੋਟੇ ਤਜਰਬੇ ਜਿਹੜੇ ਆ ਫਸਲਾਂ ਵਾਸਤੇ ਉਹ ਕਰਦੇ ਰਿਹਾ ਕਰੋ। ਅਸੀਂ ਜਿਹੜੇ ਜਿਹੜੇ ਵੀ ਕਰਦੇ ਹਾਂ ਅਸੀਂ ਤੁਹਾਨੂੰ ਨਾਲੋਂ ਨਾਲ ਦੱਸੀ ਜਾਂਦੇ ਹਾਂ। ਅਤੇ ਚਲੋ ਬਹੁਤ ਵੀਰ ਆਪਾਂ ਨੂੰ ਵੇਖਦੇ ਵੀ ਆ, ਸੁਣਦੇ ਵੀ ਆ ਅਤੇ ਲਾਈਕ ਵੀ ਕਰਦੇ ਆ ਆਪਣੀਆਂ ਵੀਡੀਓ ਨੂੰ, ਅਤੇ ਗੱਲਾਂ ਮੁੜ ਕੇ ਪੁੱਛਦੇ ਵੀ ਆ ਵੀਰ ਜੀ ਕਿੱਦਾਂ ਕੀਤਾ ਸਾਰਾ। ਬੜਾ ਚੰਗਾ ਲੱਗਦਾ ਜਦੋਂ ਸਾਰੇ ਵੀਰ ਪੁੱਛਦੇ ਆ ਵੀ ਹਾਂ ਯਾਰ ਅਸੀਂ ਚਲੋ ਕੁਛ ਤਾਂ ਸਹੀ ਕਰਨ ਲੈਣਾ। ਆਪਾਂ ਵੀਰ ਆਹਲੀ ਕਲਾਂ ਦੇ ਵਿੱਚ ਛੋਟਾ ਜਿਹਾ ਪਿੰਡ ਵਾ ਮੰਡ ਖੇਤਰ ਦੇ ਵਿੱਚ, ਉੱਥੋਂ ਉੱਠੇ ਹਾਂ ਅਤੇ ਆਪਦੀ ਫਸਲ ਨੂੰ ਜੋ ਕਰਾਂਗੇ ਉਹ ਹੀ ਤੁਹਾਨੂੰ ਦਿਖਾਈਦਾ ਵਾ, ਝੂਠ ਨਹੀਂ ਮਾਰੀਦਾ। ਆਪਾਂ ਕਿਹੜਾ ਕਿਸੇ ਤੋਂ ਕੁਛ ਲੈਣਾ। ਇਹਦੇ ਨਾਲ ਹੁੰਦਾ ਵਾ ਵੀ ਚਲੋ ਸਾਰਿਆਂ ਨੂੰ ਵਧੀਆ ਮਿਲ ਜਾਂਦਾ ਆਪਦੀ ਫਸਲ ਨੂੰ ਸਾਂਭਣ ਨੂੰ। ਜੋ ਕੁਛ ਵੀ ਜਿਹੜੀ ਚੀਜ਼ ਵਧੀਆ ਕਰਦੀ ਆ ਆਪਣੇ ਝੋਨੇ ਦੀ ਗਰੋਥ ਕਰਦੀ ਆ ਉਹ ਸਾਰਾ ਕੁਝ ਦੱਸੀਦਾ ਵੀ ਯਾਰ ਆਹ ਚੀਜ਼ਾਂ ਕਰੋ। ਹੁਣ ਮੇਰੇ ਵੀਰ ਕਹੀ ਜਾਂਦੇ ਯਾਰ ਤੂੰ ਲੇਟ ਪਾਉਣਾ ਵੀਡੀਓ। ਯਾਰ ਮੇਰਾ ਇਹ ਆ ਵੀ ਜਦੋਂ ਮੈਂ ਪਾਵਾਂ, ਜਦੋਂ ਮੈਂ ਆਪਦਾ ਕੰਮ ਕਰਾਂ ਉਹ ਤੋਂ ਅਗਲੇ ਦਿਨ ਮੈਂ ਵੀਡੀਓ ਜ਼ਰੂਰ ਪਾ ਦਿੰਦਾ, ਤਾਂ ਜੋ ਜਿੰਨੇ ਵੀਰ ਨੇ ਇਹ ਕੰਮ ਕਰਨਾ ਹੋਵੇ ਉਹ ਵਧੀਆ। ਤੁਸੀਂ ਹੁਣ ਜ਼ਰੂਰ ਜਿਹੜੀਆਂ ਆਪਣੀਆਂ ਝੋਨੇ ਦੇ ਵਿੱਚ ਫਸਲਾਂ ਨਾ ਝੋਨਾ ਚੱਲਣ ਡਿਆ ਹੁਣ ਇਸ ਟਾਈਮ, ਅਤੇ ਰੇਤਲੇ ਵਾਹਣ ਆ ਉਹ ਵੀਰੇ ਵੀਰ 2 ਕਿਲੋ ਜਿੰਕ, 2 ਕਿਲੋ ਕਹਿ ਸੋਰੀ ਕਹਿਤਾ ਕਿ 2 ਕਿਲੋ ਯੂਰੀਆ, 1 ਕਿਲੋ ਜਿੰਕ, 1 ਕਿਲੋ ਲੋਹਾ ਅਤੇ 1 ਕਿਲੋ ਹੀ ਕਲੀ, ਇਹ ਤਿੰਨੇ ਚੀਜ਼ਾਂ ਦਾ ਮਿਸ਼ਰਣ ਬਣਾ ਕੇ 1 ਕਿੱਲੇ ਨੂੰ ਸਪਰੇਅ ਕਰਕੇ ਵੇਖ ਲਿਓ, ਤੁਹਾਨੂੰ ਆਪਣੇ ਆਪ ਹੀ ਸਾਰਾ ਪਤਾ ਲੱਗ ਜੂਗਾ। ਅਤੇ ਦੱਸਣ ਦੀ ਪੁੱਛਣ ਦੀ ਕੋਈ ਲੋੜ ਨਹੀਂ, ਬਸ ਇਹ ਕੰਮ ਕਰ ਦਿਉ। ਤੁਸੀਂ ਆਪਣੇ ਆਪ ਹੀ ਰਿਜ਼ਲਟ ਵੇਖੋਗੇ ਅਤੇ ਹਾਂ ਤੁਹਾਨੂੰ ਗੱਲਾਂ ਚੰਗੀਆਂ ਲੱਗਣਗੀਆਂ। ਜੇ ਮੇਰੀਆਂ ਵੀਡੀਓ 'ਚ ਤੁਹਾਨੂੰ ਰਿਜ਼ਲਟ ਚੰਗੇ ਲੱਗਣਗੇ ਤਾਂ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਹੋਰ ਬਾਕੀ ਜਿਉਂ ਜਿਉਂ ਤੁਹਾਨੂੰ ਗਾਂਹ ਦਿਖਾਉਂਦੇ ਹਾਂ ਸ਼ਾਮਾਂ ਤੱਕ, ਹੁਣ ਇੱਕ ਵਾਰ ਆਪਾਂ ਮਸ਼ੀਨ 'ਤੇ ਗੇੜਾ ਮਾਰ ਕੇ ਆਉਂਦੇ ਹਾਂ ਅਤੇ ਫਿਰ ਬਲੌਗ ਦੀ ਸਮਾਪਤੀ ਕਰਾਂਗੇ ਅਤੇ ਸਵੇਰੇ ਫਿਰ ਮਿਲ। ਹੁਣ ਅਸੀਂ ਚੱਲੇ ਹਾਂ ਦਰਿਆਓਂ ਪਾਰ, ਔਰ ਰਾਣੀ ਸੁੰਦਰਾ ਖਲੋਤੀ ਹੈ ਆਪਣੀ, ਇੱਥੇ ਸਵੇਰੇ ਰੋਟੀਆਂ ਲੈ ਕੇ ਆਈਦਾ, ਇੱਥੇ ਖੜੀ ਰਹਿੰਦੀ ਹੈ। ਚਲੋ ਹੁਣ ਰਸਤੇ ਵਿੱਚ ਭਾਂਡਾ ਛਿੰਨਾ ਰੱਖ ਕੇ ਆਹ ਜਿੱਦਣ ਅਸੀਂ ਰੁੱਖ ਲਾਏ ਸੀ ਨਾ ਇੱਥੇ ਖਲੋਣ ਨੂੰ ਥਾਂ ਨਹੀਂ ਹੈਗੀ, ਬਹੁਤ ਜ਼ਿਆਦਾ ਗਰਮੀ। ਨਿੱਕੀਆਂ ਨਿੱਕੀਆਂ ਧਰੇਕਾਂ ਲਾਈਆਂ, ਵੇਖੋ ਗੱਡੀਆਂ ਵਧੀਆ ਹੋਗੀਆਂ ਨੇ, ਇਹਦੀ ਛਾਵੇਂ ਗੱਡੀ ਵੀ ਡੱਕ ਜਾਈਦੀ ਆ, ਨਾਲੇ ਕਿਤੇ ਲੇਟ ਸੇਟ ਹੋ ਜਾਈਏ ਅਤੇ ਛਾਂ ਦਾ ਨਜ਼ਾਰਾ ਵੀ ਲੈ ਲਈਏ। ਚੱਲ ਵੀ ਕਰਮਾ ਲਈਏ ਅੱਜ, ਬਸ 1.5 ਕਿੱਲਾ ਰਹਿ ਗਿਆ ਥਾਂ ਵੱਢ ਕੇ, ਫਿਰ ਵੇਖਾਂਗੇ ਜੇ ਕੋਈ ਗਾਹਕ ਆ ਗਿਆ ਤਾਂ ਵੱਢ ਦਾਂਗੇ, ਨਹੀਂ ਤਾਂ ਫਿਰ ਝਾੜਾਂ ਝੁੜਾਂਗੇ। ਆ ਸੁਰਿੰਦਰਾ ਆਪਣੇ ਵੀਰ ਰਿਸ਼ਪਾਲ ਦੀ,
ਹੁਣ ਮਿਲਦੇ ਹਾਂ ਤੁਹਾਨੂੰ ਸਵੇਰੇ, ਅਤੇ ਅੱਜ ਦਾ ਵਲੌਗ ਇੱਥੇ ਖਤਮ ਹੋ ਗਿਆ। ਜੇ ਵਧੀਆ ਲੱਗੇ ਮੇਰੇ ਵੀਰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਵੀ ਕਰਿਆ ਕਰੋ। ਧੰਨਵਾਦ।